गल करांगे सनी देओल दे बारे जिन्हां दे वल्लों अपना राजनीतिक करियर 2019 दे विच शुरू कीता गया सी। गुरदासपुर हलके दे विच चोण मैदान दे विच उतरे सी, लोकां ने उन्हां दे विच अपना असली हीरो देखिया। लोकां ने उम्मीद जताई सी कि विनोद खन्ना दी तरह ओह वी हलके दे विकास दे लई कुछ वखरा कर दिखाउणगे। सनी देओल ने भी चोण प्रचार दे दौरान वड्डे वड्डे दावे अते वादे लोकां दे नाल कीते सी। इसे तरीके दे नाल लोक सभा हलका गुरदासपुर दे वोटरां ने 84,500 दी भारी लीड दे नाल उन्हां नूं जिताया सी, लेकिन वादे तां पूरे की करने सी। सनी देओल दे वल्लों एक वी वार अपने हलके दे विच मुड़ शकल तक नहीं दिखाई गई। लगभग 4.5 साल तो हलके दे विच नहीं आए अते ना ही लोक सभा सैशन दे दौरान हाजर रहे। लोकां दे वल्लों उम्मीद लगाई जा रही सी कि उह हलके दीआं समस्यावां सैशन दे विच चुकणगे, लेकिन इन्हां उम्मीदां ते वी लोकां दीआं ते सनी देओल खरे नहीं उतरे, जिस दे कारण लोकां दे विच भारी रोश देखण नूं मिल रिहा सी। इसे दे चलदे ही नौजवानां दे वल्लों सनी देओल दे गुमशुदगी दे पोस्टर बना के कंधां ते चिपका दित्ते गए। गुस्से दे विच आए नौजवानां दा की कहना सी आओ सुणाउंदे आ तुहानूं। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਸੋਚ ਕੇ ਹੈਰਾਨ ਸੀਗੀ ਵੀ ਪਿਛਲੇ 4 ਸਾਲ ਹੋ ਗਏ ਸਨੀ ਦਿਓਲ ਗੁਰਦਾਸਪੁਰ ਤੋਂ, ਜੋ ਮੈਂਬਰ ਪਾਰਲੀਮੈਂਟ ਹਨ ਲੋਕ ਸਭਾ ਹਲਕੇ ਤੋਂ, ਜਿੱਥੇ ਲੋਕਾਂ ਨੇ ਵੱਡੇ ਲੈਵਲ 'ਤੇ ਵੱਡੇ ਪੈਮਾਨੇ 'ਤੇ ਵੋਟਾਂ ਪਾ ਕੇ ਲੋਕ ਸਭਾ ਭੇਜਿਆ, ਉੱਥੋਂ ਵੀ ਗਾਇਬ ਨੇ। ਔਰ ਇਸ ਇਹਨਾਂ ਦੀ ਲੰਬੀ ਗੈਰਹਾਜ਼ਰੀ ਦੇ ਨਾਲ ਗੁਰਦਾਸਪੁਰ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ, ਜਾਂ ਤੁਸੀਂ ਇਹ ਕਹਿ ਲਓ ਕਿ ਇਹਨਾਂ ਦੀ ਨਲਾਇਕੀਆਂ ਕਰਨ 5 ਤੋਂ 10 ਸਾਲ ਗੁਰਦਾਸਪੁਰ ਹੋਰ ਪਿੱਛੇ ਜਿਹੜਾ ਉਹਨੂੰ ਉਹ ਧਕੇਲ ਦਿੱਤਾ ਆ। ਔਰ ਮੈਂ ਅੱਜ ਮਜਬੂਰ ਹਾਂ ਫਿਰ ਲੋਕ ਸਭਾ ਸਪੀਕਰ ਨੂੰ ਇੱਕ ਪੱਤਰ ਲਿਖਣ ਲਈ। ਆ ਮੈਂ ਦੁਬਾਰਾ ਉਹਨਾਂ ਨੂੰ ਇੱਕ ਪੱਤਰ ਲਿਖ ਰਿਹਾ, ਔਰ ਮੈਂ ਸਾਫ਼ ਸਾਫ਼ ਇਹ ਤੁਸੀਂ ਫਿਰ ਪੱਤਰ ਪੜ੍ਹੋਗੇ ਤਾਂ ਇੱਥੇ ਮੈਂ ਸੰਖੇਪ ਦੇ ਵਿੱਚ ਉਹਨਾਂ ਨੂੰ ਇੱਕ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਗੁਰਦਾਸਪੁਰ ਦੇ ਕੀ ਹਾਲਾਤ ਹਨ, ਗੁਰਦਾਸਪੁਰ ਕਿਸ ਮੁੱਦਿਆਂ ਤੋਂ ਜੂਝ ਰਿਹਾ, ਔਰ ਕਿਹੜੇ ਮੁੱਦੇ ਜ਼ਰੂਰੀ ਨੇ ਜਿਹੜੇ ਇਸ ਵੇਲੇ ਹੱਲ ਕਰਨ ਦੀ ਲੋੜ। ਉਹ ਸਾਡੇ ਮਹਾਨਾਇਕ, ਮੈਂ ਤੇ ਨਲਾਇਕ ਕਹਾਂਗਾ, ਮਹਾਨਲਾਇਕ, ਮੈਨੂੰ ਇਹ ਸ਼ਬਦ ਵਰਤਣ ਤੋਂ ਬਿਲਕੁਲ ਵੀ ਗੁਰੇਜ਼ ਨਹੀਂ, ਕਿਉਂਕਿ ਅਜਿਹੇ ਲੋਕਾਂ ਨੇ ਸਾਨੂੰ ਮਜਬੂਰ ਕਰ ਦਿੱਤਾ ਕਿ ਸਾਨੂੰ ਪ੍ਰਦਰਸ਼ਨ ਕਰਨ ਤੋਂ, ਲੋਕਾਂ 'ਤੇ ਸੜਕਾਂ 'ਤੇ ਆਉਣ ਲਈ ਸਾਨੂੰ ਮਜਬੂਰ ਕਰ ਦਿੱਤਾ। ਗੁਰਦਾਸਪੁਰ ਦੇ ਹਾਲਾਤ ਕੀ ਨੇ? ਇੱਕ ਬਾਰਡਰ ਇਲਾਕਾ ਜ਼ਿਲ੍ਹਾ ਸਾਡਾ ਗੁਰਦਾਸਪੁਰ, ਜੋ ਭਾਰਤ ਪਾਕਿਸਤਾਨ ਦੇ ਬਾਰਡਰ 'ਤੇ ਸਥਿਤ ਹੈ, ਔਰ ਇਸ ਜ਼ਿਲ੍ਹੇ ਦੇ ਵਿੱਚ ਹਰ ਲੋਕ, ਪਹਿਲਾਂ ਤਾਂ ਇੱਕ ਦੇਸ਼ ਭਗਤੀ ਦੇਖੋ ਉਸ ਲੋਕਾਂ ਦੀ ਕਿ ਜਿਹੜੇ ਹਰ ਵੇਲੇ ਸੀਨਾ ਤਾਣ ਕੇ ਉੱਥੇ ਬੈਠੇ ਨੇ ਕਿ ਜਦੋਂ ਗੋਲੀ ਉੱਥੋਂ ਚੱਲਣੀ ਆ, ਚਾਹੇ ਕੋਈ ਇਸ ਤਰ੍ਹਾਂ ਦਾ ਵੀ ਉੱਥੋਂ ਕੋਈ ਹਮਲਾਵਰ ਰੁੱਖ, ਕੋਈ ਦੁਸ਼ਮਣ ਦੇਸ਼ ਸਾਡਾ ਇੱਥੇ ਅਪਣਾਊਗਾ, ਤਾਂ ਪਹਿਲਾਂ ਸਾਡੇ ਉਸ ਲੋਕਾਂ ਦਾ ਨੁਕਸਾਨ ਹੋਊਗਾ, ਫਿਰ ਉਹ ਕਿਤੇ ਦਿੱਲੀ ਤੱਕ ਕੋਈ ਗੱਲ ਜਾਣੀ ਹੈ। ਔਰ ਅਜਿਹੇ ਲੋਕਾਂ ਨੂੰ ਮਿਲ ਕੀ ਰਿਹਾ ਵਾ? ਸਿਰਫ ਇਹਨਾਂ ਨੂੰ ਲਾਰੇ ਲੱਪੇ ਜਿਹੜੇ ਨੇ ਉਹ ਪਿਛਲੇ ਸਾਲਾਂ ਤੋਂ ਮਿਲਦੇ ਆ ਰਹੇ। ਸੋ ਮੈਂ ਮਜਬੂਰਨ ਫਿਰ ਇੱਕ ਜਿਹੜਾ ਵਾ ਪੱਤਰ ਲਿਖਣ ਤੋਂ ਮੈਨੂੰ ਮਜਬੂਰ ਕੀਤਾ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਵੀ ਮੈਂ ਇਹਨਾਂ ਨੂੰ ਪੱਤਰ ਲਿਖ ਕੇ ਆਪਣੇ ਮਾਣਯੋਗ ਸ਼੍ਰੀ ਰਾਸ਼ਟਰਪਤੀ ਜੀ ਨੂੰ, ਲੋਕ ਸਭਾ ਸਪੀਕਰ ਅਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮੈਂ ਪੱਤਰ ਲਿਖ ਕੇ ਵਾਰ ਵਾਰ ਬੇਨਤੀ ਕੀਤੀ ਸੀ ਵੀ ਇਹਨਾਂ ਦੀ ਲੋਕ ਸਭਾ ਮੈਂਬਰੀ ਨੂੰ ਤਾਂ ਸਿੱਧਾ ਜਿਹੜੀ ਮੈਂਬਰਸ਼ਿਪ ਆ ਉਹ ਰੱਦ ਕਰ ਦੇਣੀ ਚਾਹੀਦੀ ਆ, ਕਿਉਂਕਿ ਇਹ ਲੋਕ ਇਸ ਯੋਗ ਹੀ ਨਹੀਂ ਹੈਗੇ ਕਿ ਜਿੱਥੇ ਲੋਕਾਂ ਦਾ ਇਹਨਾਂ ਨੇ ਵੱਡਾ ਭਰੋਸਾ ਤੋੜਿਆ। ਤੁਸੀਂ ਲੋਕਤੰਤਰ ਕਰਦੇ ਹੋ, ਜਿਸ ਲੋਕਤੰਤਰ ਨੂੰ ਅਪਣਾਉਂਦਿਆਂ ਲੋਕਾਂ ਨੇ ਵੋਟਾਂ ਪਾ ਕੇ ਇੱਕ ਨੁਮਾਇੰਦਾ ਚੁਣਿਆ ਹੋਵੇ, ਔਰ ਉਸ ਨੁਮਾਇੰਦੇ ਨੇ ਲੋਕਾਂ ਦਾ ਇਹ ਮੁੱਲ ਮੋੜਿਆ ਕਿ ਭਰੋਸਾ ਵੀ ਤੋੜਿਆ। ਔਰ ਤੁਸੀਂ ਹੈਰਾਨ ਹੋ ਕਿ ਪਿਛਲੇ 4 ਸਾਲਾਂ ਦੇ ਵਿੱਚ ਅਨੇਕਾਂ ਸੈਸ਼ਨ ਜਿਹੜੇ ਲੋਕ ਸਭਾ ਦੇ ਹੋ ਚੁੱਕੇ ਨੇ, ਔਰ ਇਹਨਾਂ ਨੇ ਸਾਡੇ ਸ਼ਖਸੀਅਤਾਂ ਨੇ ਬਿਲਕੁਲ ਵੀ ਇੱਕ ਵਾਰ ਜ਼ਰੂਰੀ ਨਹੀਂ ਸਮਝਿਆ ਵੀ ਉੱਥੇ ਆ ਕੇ ਲੋਕ ਸਭਾ ਗੁਰਦਾਸਪੁਰ ਦੀ ਕੋਈ ਗੱਲ ਕਰ ਲਈ। ਸੋ ਮੈਂ ਇਹ ਉਸ ਕਰਕੇ ਖੁਦ ਬੜਾ ਇਸ ਗੱਲ ਤੋਂ ਚੇਤਨ ਤਾ, ਕਿਉਂਕਿ ਮੈਂ ਪੰਜਾਬ ਦੇ ਬਾਕੀ ਭਾਜਪਾ ਲੀਡਰਾਂ ਨੂੰ ਵੀ ਅਪੀਲ ਕਰਦਾ ਚਾਹੁੰਦਾ ਕਿ ਤੁਸੀਂ ਪੰਜਾਬ ਦੇ ਵੱਖ ਵੱਖ ਹਿੱਸਿਆਂ 'ਚ ਜਾ ਕੇ ਇਸ ਗੱਲ ਦਾ ਰੋਲਾ ਪਾ ਰਹੇ ਹੋ, ਪੰਜਾਬੀਆਂ ਨੂੰ ਵੱਡੇ ਵੱਡੇ ਸੁਪਨੇ ਦਿਖਾ ਰਹੇ ਹੋ ਕਿ ਅਸੀਂ ਪੰਜਾਬ ਲਈ ਇਹ ਕਰ ਦਿਆਂਗੇ, ਪੰਜਾਬ ਲਈ ਇਹ ਪ੍ਰੋਜੈਕਟ ਜ਼ਰੂਰੀ ਨੇ। ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਆਣ ਕੇ ਗੁਰਦਾਸਪੁਰ ਸਾਂਭ ਲਓ। ਤੁਹਾਡੇ ਕੋਲੋਂ ਤਾਂ ਗੁਰਦਾਸਪੁਰ ਦਾ ਇੱਕ ਮੈਂਬਰ ਪਾਰਲੀਮੈਂਟ ਸਨੀ ਦਿਓਲ ਨੂੰ ਸਾਂਭਿਆ ਗਿਆ, ਉਹ ਤੁਸੀਂ ਪੰਜਾਬ ਸਾਂਭਣ ਦੀਆਂ ਗੱਲਾਂ ਕਰ ਰਹੇ ਹੋ? ਇੱਥੋਂ ਤੁਹਾਨੂੰ ਥੋੜ੍ਹੀ ਬਹੁਤੀ ਵੀ ਜੇ ਤੁਸੀਂ ਗੁਰਦਾਸਪੁਰ ਦੇ ਲੋਕਾਂ ਲਈ ਚਿੰਤਨ ਤੋਂ ਅਤੇ ਥੋੜ੍ਹੀ ਵੀ ਜੇ ਤੁਸੀਂ ਹਮਦਰਦੀ ਰੱਖਦੇ ਹੋ ਤਾਂ ਤੁਹਾਨੂੰ ਚਾਹੀਦਾ ਸੀ ਕਿ ਜੇ ਤੁਹਾਡਾ ਨੁਮਾਇੰਦਾ ਉੱਥੇ ਨਹੀਂ ਹੈ, ਤੁਸੀਂ ਜਾ ਕੇ ਲੋਕਾਂ ਦੇ ਵਿੱਚ ਕਚਹਿਰੀ ਲਾ ਕੇ ਬੈਠੋ, ਜਿਵੇਂ ਤੁਸੀਂ ਇੱਕ ਨਾਟਕ ਕਰਦੇ ਹੁੰਦੇ ਹੋ ਇੱਕ ਆਪਣੇ ਲੀਡਰਾਂ ਦੇ ਨਾਲ ਪਹੁੰਚ ਕੇ, ਹਰ ਵਾਰ ਤੁਸੀਂ ਨਾਟਕ ਕਰਦੇ ਹੋ ਇਲੈਕਸ਼ਨਾਂ ਦੇ ਵਿੱਚ ਆਣ ਕੇ। ਜੇ ਤੁਸੀਂ ਅਸਲ ਲੋਕਾਂ ਦੇ ਹਮਦਰਦੀ ਹੁੰਦੇ ਤਾਂ ਤੁਸੀਂ ਗੁਰਦਾਸਪੁਰ ਦੇ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਲੋਕਾਂ ਕੋਲੋਂ ਮਾਫ਼ੀ ਮੰਗਦੇ ਕਿ ਸਾਡੇ ਕੋਲੋਂ ਗਲਤੀ ਹੋ ਗਈ, ਅਗਾਂਹ ਤੋਂ ਅਸੀਂ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਾਂਗੇ। ਔਰ ਲੋਕਾਂ ਦੇ ਮੁੱਦੇ, ਤੁਹਾਡੀ ਤਾਂ ਕੇਂਦਰ 'ਚ ਭਾਈਵਾਲੀ, ਤੁਹਾਡੀ ਤਾਂ ਆਪਣੀ ਸਰਕਾਰ ਆ,
ਤੁਹਾਨੂੰ ਕੋਈ ਮੁਸ਼ਕਿਲ ਥੋੜ੍ਹੀ ਨਾ ਵੀ ਗੁਰਦਾਸਪੁਰ ਦੇ ਮੁੱਦੇ ਲੈ ਕੇ ਜਾਣਾ ਦਿੱਲੀ ਵਾਸਤੇ। ਪੰਜਾਬ ਤੱਕ ਤਾਂ ਤੁਹਾਨੂੰ ਸਮਝ ਆਉਂਦੇ ਆ, ਤੁਸੀਂ ਤਾਂ ਰੌਲਾ ਪਾਉਂਦੇ ਹੋ ਕਿ ਪੰਜਾਬ ਨੇ ਪੰਜਾਬ ਸਰਕਾਰ ਇਹ ਕੁਛ ਕਰ ਰਹੀ ਆ, ਪੰਜਾਬ ਸਰਕਾਰ ਸਾਡੀ ਗੱਲ ਨਹੀਂ ਕਰ ਰਹੀ, ਸਾਡੇ ਮੁੱਦੇ ਨਹੀਂ ਹੱਲ ਕਰ ਰਹੀ, ਦਿੱਲੀ ਜਾਣਾ ਤੁਹਾਡੇ ਲਈ ਕਿੰਨਾ ਕੁ ਸੌਖਾ ਆ। ਸੋ ਇਸ ਕਰਕੇ ਮੈਂ ਤੁਹਾਨੂੰ ਵਾਰ ਵਾਰ ਇਹ ਬੇਨਤੀ ਕਰਦਾ ਕਿ ਜੇ ਤੁਸੀਂ ਥੋੜ੍ਹੀ ਬਹੁਤੀ ਵੀ ਹਮਦਰਦੀ ਰੱਖਦੇ ਹੋ ਗੁਰਦਾਸਪੁਰੀਆਂ ਦੇ ਪ੍ਰਤੀ, ਤਾਂ ਤੁਸੀਂ ਅੱਗੇ ਆਓ, ਗੁਰਦਾਸਪੁਰ ਦੇ ਲੋਕਾਂ ਦੇ ਮਸਲੇ ਹੱਲ ਕਰੋ, ਕਚਹਿਰੀ 'ਚ ਜਾਓ, ਉਹਨਾਂ ਦੇ ਮੁੱਦੇ ਚੱਕੋ, ਚਾਹੇ ਤੁਸੀਂ ਫਿਰ ਕਿਸ ਵੀ ਪਾਰਟੀ ਤੋਂ ਬਿਲੋਂਗ ਕਰਦੇ ਹੋ, ਕਿਸ ਵੀ ਪਾਰਟੀ ਦੇ ਹੋ, ਲੋਕ ਤੁਹਾਨੂੰ ਹੱਥਾਂ 'ਚ ਚੱਕਣਗੇ, ਇਸ ਗੱਲ ਦਾ ਮੈਂ ਤੁਹਾਨੂੰ ਵਾਅਦਾ ਕਰਨਾ। ਮੇਰੀ ਜ਼ਮੀਰ ਜਾਗਦੀ ਹੈ, ਮੈਨੂੰ ਲੋਕ ਇਸ ਗੱਲ ਤੋਂ ਵੀ ਵਾਰ ਵਾਰ ਕਹਿੰਦੇ ਆ ਕਿ ਤੁਹਾਨੂੰ ਡਰ ਨਹੀਂ ਲੱਗਦਾ ਇਹਨਾਂ ਲੋਕਾਂ ਤੋਂ, ਤੁਸੀਂ ਵਾਰ ਵਾਰ ਆਵਾਜ਼ ਚੱਕਦੇ ਹੋ, ਇਹ ਲੋਕ ਤੁਹਾਡਾ ਨੁਕਸਾਨ ਕਰ ਦੇਣਗੇ। ਮੈਨੂੰ ਕਈ ਤਰ੍ਹਾਂ ਦੇ ਲੋਕ ਮੈਸੇਜ ਕਰਦੇ ਨੇ, ਮੈਨੂੰ ਫੋਨ ਕਰਕੇ ਦੱਸਦੇ ਨੇ, ਪਰ ਆਪਾਂ ਇਸ ਗੱਲ ਤੋਂ ਨਹੀਂ ਡਰਦੇ, ਕੋਈ ਸਾਡੀ ਜ਼ਮੀਰ ਜਾਗਦੀ ਆ। ਮੈਂ ਹਮੇਸ਼ਾ ਡੇ 1 ਤੋਂ ਪਹਿਲਾ ਸਾਲ ਲੰਘਦੇ ਮੈਂ ਉਦੋਂ ਤੋਂ ਹੀ ਇਹ ਗੱਲ ਲੋਕਾਂ ਨੂੰ ਕਹਿਣੀ ਸ਼ੁਰੂ ਕਰ ਦਿੱਤੀ ਸੀ, ਮੈਂ ਉਦੋਂ ਤੋਂ ਇਹ ਗੱਲ ਕਰਦਾ ਆ ਰਿਹਾ ਕਿ ਇਹ ਤਾਂ ਅੱਗੇ 5 ਸਾਲ ਇੱਦਾਂ ਹੀ ਚੱਲੂਗਾ। ਉਹੀ ਗੱਲ ਸੱਚ ਹੋ ਰਹੀ ਹੈ ਕਿ 5 ਸਾਲ ਇੱਦਾਂ ਹੀ ਲੰਘ ਰਹੇ ਸਾਡੇ। ਲੋਕ ਸਭਾ ਦੀ ਕੀ ਅਹਿਮੀਅਤ ਆ, ਉਹਨਾਂ ਲੋਕ ਸਭਾ ਮੈਂਬਰਾਂ ਤੋਂ ਪੁੱਛ ਕੇ ਦੇਖੋ ਜਿਹੜੇ ਲੋਕ ਸਭਾ ਦੇ ਵਿੱਚ 2-2 ਮਿੰਟ ਵਿੱਚ ਆਪਣੀ ਗੱਲ ਰੱਖ ਕੇ ਆਉਂਦੇ ਨੇ, ਉਹ ਤਰਸਦੇ ਨੇ ਕਿ ਸਾਨੂੰ ਟਾਈਮ ਮਿਲ ਜੇ, ਅਸੀਂ ਆਪਣੇ ਇਲਾਕੇ ਦੀ ਕੋਈ ਇੱਦਾਂ ਦੀ ਕੋਈ ਪ੍ਰੋਜੈਕਟ ਦੀ ਮੰਗ ਕਰ ਦਈਏ, ਕੋਈ ਆਪਣੇ ਮੁੱਦੇ ਇੱਦਾਂ ਦੇ ਚੱਕ ਦਈਏ। ਕਿਉਂਕਿ ਲੋਕ ਸਭਾ ਇੱਕ ਉਸ ਪਵਿੱਤਰ ਸਦਨ ਆ ਜਿੱਥੇ ਇੱਕ ਚੁਣਿਆ ਹੋਇਆ ਨੁਮਾਇੰਦਾ ਉੱਥੇ ਜਾ ਕੇ ਕਿਸ ਵੀ ਤਰ੍ਹਾਂ ਦੀ ਕੋਈ ਗੱਲ ਰੱਖੂਗਾ, ਉੱਥੇ ਕੋਈ ਗੱਲ ਕਰੂਗਾ, ਮੁੱਦਾ ਚੁੱਕੂਗਾ, ਉਹ ਔਨ ਰਿਕਾਰਡ ਹੁੰਦੀ ਆ ਗੱਲ। ਸਰਕਾਰ ਨੂੰ ਉਸ ਗੱਲਾਂ 'ਤੇ ਵਿਚਾਰ ਕਰਨਾ ਪੈਂਦਾ ਜਿੱਥੇ ਹੱਲ ਹੋਣ ਵਾਲੇ ਮਸਲੇ ਉਹ ਹੱਲ ਵੀ ਹੁੰਦੇ। ਇਹ ਕਿੱਡੀ ਵੱਡੀ ਸਾਨੂੰ ਦਾਤ ਗੁਰਦਾਸਪੁਰ ਦੀ ਜਿਹੜੀ ਅਸੀਂ ਗਵਾਈ ਬੈਠੇ ਹਾਂ ਪਿਛਲੇ 4 ਸਾਲਾਂ ਤੋਂ ਇਹਨਾਂ ਲੋਕਾਂ ਦੀ ਨਲਾਇਕੀ ਕਰਕੇ। ਸੋ ਮੈਂ ਇਸ ਤੋਂ ਪਹਿਲਾਂ ਵੀ ਇਹਨਾਂ ਦੀ ਲੋਕ ਸਭਾ ਮੈਂਬਰੀ ਜਿਵੇਂ ਮੈਂ ਦੱਸਿਆ ਕਿ ਰੱਦ ਕਰਨ ਦੀ ਬੇਨਤੀ ਕਰ ਚੁੱਕੇ ਹਾਂ। ਸੋ ਦੁਬਾਰਾ ਫਿਰ ਮੈਂ ਇਹ ਪੱਤਰ ਲਿਖਿਆ ਵਾ ਔਰ ਮੈਨੂੰ ਵਿਸ਼ਵਾਸ ਆ, ਮੈਂ ਕੋਸ਼ਿਸ਼ ਕਰਾਂਗਾ। ਓਮ ਬਿਰਲਾ ਜੀ ਬਹੁਤ ਇੱਕ ਚੰਗੇ ਇਨਸਾਨ ਨੇ, ਮੈਂ ਜਾਣਦਾ ਉਹਨਾਂ ਨੂੰ, ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਨੂੰ ਮਿਲ ਕੇ ਇਸ ਪੱਤਰ ਔਰ ਇਸ ਤੋਂ ਪਹਿਲਾਂ ਪੱਤਰ 'ਤੇ ਮੈਂ ਜਿਹੜੀਆਂ ਵੀ ਗੱਲਾਂ ਕੀਤੀਆਂ ਨੇ ਉਹ ਨਾਲ ਲੈ ਕੇ ਗੱਲਾਂ ਨੂੰ, ਔਰ ਸਾਰੇ ਗੁਰਦਾਸਪੁਰ ਦੇ ਮਸਲੇ ਮੁੱਦੇ ਜਿਹੜੇ ਆ ਉਹ ਇੱਕ ਉਹਦੀ ਲਿਸਟ ਬਣਾ ਕੇ ਔਰ ਮੈਂ ਇਹਨਾਂ ਨੂੰ ਮਿਲਣ ਦੀ ਪਰਸਨਲੀ ਤੌਰ 'ਤੇ ਕੋਸ਼ਿਸ਼ ਕਰਾਂਗਾ, ਔਰ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਹਨਾਂ ਮੁੱਦਿਆਂ ਦੇ ਵਿੱਚ, ਇਹਨਾਂ ਕੰਮਾਂ ਦੇ ਵਿੱਚ ਦਖਲ ਦਿਓ। ਸੋ ਮੈਂ ਅਖੀਰ ਦੇ ਵਿੱਚ ਪੰਜਾਬ ਦੇ ਸਾਰੇ ਮੀਡੀਆ ਚੈਨਲਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਗੁਰਦਾਸਪੁਰੀਆਂ ਦੀ ਗੱਲ ਨੂੰ ਪੰਜਾਬ ਅਤੇ ਪੰਜਾਬ ਤੋਂ ਬਾਹਰ ਤੱਕ ਰੱਖਦੇ ਹੋ। ਮੈਂ ਤਾਂ ਲੋਕਾਂ ਦਾ ਵੀ ਧੰਨਵਾਦ ਹੈ ਜਿਹੜੇ ਵੱਖ ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਕੇ ਆਪਣਾ ਜਿਹੜਾ ਰੋਸ ਉਹ ਦਿਖਾਉਂਦੇ ਆ। ਇਹ ਲੋਕ ਸਨੀ ਦਿਓਲ ਬਿਲਕੁਲ ਇਸ ਗੱਲ ਦਾ ਭੁਲੇਖਾ ਨਾ ਰੱਖਣ ਕਿ ਜੇ ਜਿੰਨੀ ਤੁਹਾਡੀ ਪੋਪੂਲੈਰਿਟੀ ਆ, ਜਿੰਨੇ ਤੁਸੀਂ ਮੰਨੇ ਜਾਂਦੇ ਹੋ, ਇਹ ਤੁਹਾਨੂੰ ਪੰਜਾਬ ਤੋਂ ਮਿਲੀ ਹੈ ਸਾਰੀ। ਤੁਹਾਡੀ ਸਭ ਤੋਂ ਜ਼ਿਆਦਾ ਜਿਹੜੀ ਫੈਨ ਫੋਲੋਇੰਗ ਉਹ ਪੰਜਾਬ ਤੋਂ ਹੈ। ਪੰਜਾਬ ਵੀ ਜਿਹੜੇ ਨੇ ਉਹ ਦੇਸ਼ ਭਰ ਦੇ ਕੋਨੇ, ਦੇਸ਼ ਦੁਨੀਆ ਭਰ ਦੇ ਕੋਨੇ ਕੋਨੇ 'ਤੇ ਬੈਠੇ ਨੇ, ਇਹ ਤੁਹਾਨੂੰ ਚੜ੍ਹਾਉਣਾ ਵੀ ਜਾਣਦੇ ਨੇ ਅਤੇ ਲਾਉਣਾ ਵੀ ਜਾਣਦੇ ਨੇ। ਇਹ ਪੰਜਾਬ ਨੇ, ਪੰਜਾਬੀ ਲੋਕ ਜਿਹਨੂੰ ਹੱਥਾਂ 'ਤੇ ਚੱਕ ਲੈਂਦੇ ਨੇ ਫਿਰ ਚੱਕ ਲੈਂਦੇ ਨੇ, ਫਿਰ ਜੇ ਕਿਸੇ ਨੂੰ ਸੁੱਟ ਲੈਂਦੇ ਨੇ ਫਿਰ ਐਸਾ ਸੁੱਟਦੇ ਆ। ਇਹਦੀਆਂ ਕਈਆਂ ਉਦਾਹਰਨਾਂ ਨੇ, ਚਾਹੇ ਉਹ ਰਾਜਨੀਤਿਕ ਲੀਡਰ ਨੇ, ਚਾਹੇ ਕੋਈ ਫਿਲਮ ਹਸਤੀਆਂ ਨੇ, ਅਜਿਹੇ ਲੋਕਾਂ ਨੇ। ਮੈਂ ਹਰ ਵਾਰ ਇਹ ਗੱਲ ਕਹਿੰਦਾ ਆ ਰਿਹਾ ਕਿ ਅਜਿਹੇ ਲੋਕਾਂ ਨੇ ਸਿਰਫ ਪੰਜਾਬੀ ਹੋਣ 'ਤੇ ਇਸ ਗੱਲ ਦਾ ਫਾਇਦਾ ਚੱਕਿਆ ਕਿ ਇੱਕ ਪੰਜਾਬੀ ਆਪਣੀ ਹਸਤੀ ਬਣਾ ਕੇ ਵੱਡੇ ਵੱਡੇ ਸਟੇਜਾਂ 'ਤੇ ਜਾ ਕੇ ਉੱਥੇ ਪੰਜਾਬੀ ਦੀ ਗੱਲਾਂ ਕਰਦੇ ਹੋ, ਪੰਜਾਬੀ ਹੋਣ ਦੀ ਬੜੇ ਤੁਸੀਂ ਮਾਣ ਨਾਲ ਉੱਥੇ ਗੱਲ ਕਰਦੇ ਹੋ। ਜਦੋਂ ਤੁਹਾਨੂੰ ਮੌਕਾ ਮਿਲਿਆ ਪੰਜਾਬ ਲਈ ਕੁਛ ਕਰਨ ਦਾ, ਫਿਰ ਤੁਹਾਡੇ ਉਦੋਂ ਦਿਲ ਤੁਹਾਡੀ ਉਦੋਂ ਹਿਰਦੇ ਵਲੂੰਦਰੇ ਨੇ, ਉਦੋਂ ਤੁਹਾਡਾ ਦਿਲ ਕਿੱਥੇ ਜਾਂਦਾ। ਸੋ ਇਹ ਸਭ ਇਹਨਾਂ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਆ। ਅਗਾਂਹ ਵੀ ਹੋ ਸਕਦਾ ਇਹ ਆਉਣਗੇ, ਪਰ ਮੈਂ ਇਸ ਗੱਲ ਦਾ ਡੇ 1 ਤੋਂ ਹੀ ਮੈਂ ਮਨ 'ਚ ਇਸ ਗੱਲ ਦੀ ਧਾਰ ਲਈ ਸੀ ਵੀ ਇਹਨਾਂ ਦੇ ਵਿਰੁੱਧ ਜਿਹੜੀ ਮੈਂ ਆਵਾਜ਼ ਉਹ ਚੱਕਦਾ ਰਹੂੰਗਾ, ਅਖੀਰ ਦੇ ਦਮ ਤੱਕ ਚੱਕਦਾ ਰਹੂੰਗਾ, ਔਰ ਇਹਨਾਂ ਦੇ ਵਿਰੁੱਧ ਮੈਨੂੰ ਕਿਸ ਹੱਦ ਤੱਕ ਵੀ ਜਾਣਾ ਪਿਆ ਮੈਂ ਜਾਊਂਗਾ, ਔਰ ਹਰ ਗੱਲ ਨੂੰ ਮੈਂ ਫੈਕਟ ਦੇ ਨਾਲ ਇਹਨਾਂ ਦੀ ਜਿਹੜੀ ਲੋਕਾਂ ਦੀ ਕਚਹਿਰੀ 'ਚ ਰੱਖੂੰਗਾ।